ਸਾਨੂੰ ਕਦੇ ਵਿਸ਼ਵਾਸ ਹੀ ਨਹੀਂ ਹੋਇਆ ਨਿਕਟ ਵਸੈ ਨਾਹੀਂ ਪ੍ਰਭੂ ਮੇਰੇ ਕੋਲ ਵਸਦਾ ਹੋਇਆ ਵਿਸ਼ਵਾਸ ਮੇਰੇ ਅੰਗ ਸੰਗ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਤੇ ਕਿਤੇ ਮੈਨੂੰ ਨਿਕਟ ਵਸੈ ਨਾਹੀਂ ਜਿਸ ਦਿਨ ਇਸ ਮਨ ਨੂੰ ਗਿਆਨ ਹੋ ਗਿਆ ਜਿਸ ਦਿਨ ਇਸ ਮਨ ਨੂੰ ਸੋਝੀ ਆ ਗਈ ਜਿਹੜਾ ਮੇਰਾ ਪ੍ਰਤਪਾਲਕ ਹੈ ਉਹ ਮੇਰੇ ਅੰਗ ਸੰਗ ਹੈ ਸਤਸੰਗ ਡੋਲੇਗਾ ਨਹੀਂ ਖੜਕੇਗਾ ਨਹੀਂ ਫਿਰ ਉਹਦੀ ਹਰ ਖੇਡ ਨੂੰ ਮਾਣੇਗਾ ਧਿਆਨ ਦੇ ਉਹਦੀ ਹਰ ਖੇਡ ਨੂੰ ਮਾਣੇਗਾ ਉਹਦੀ ਖੇਡ ਚ ਦੁੱਖ ਆਇਆ ਮਾਣੇ ਉਹਦੀ ਖੇਡ ਚ ਸੁੱਖ ਆਇਆ ਮਾਣੇ ਕਿਉਂਕਿ ਪਤਾ ਮੇਰੇ ਨਾਲ ਇੱਕ ਪਿਓ ਬੱਚੇ ਨੂੰ ਉੱਚੀ 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 ਹਵਾ ਦੇ ਚੁਠਾਉਂਦਾ ਐਡੀ ਉੱਚੀ ਉੱਚੀ ਦੇਖਣ ਵਾਲੇ ਦੇ ਤਰਾਹ ਨਿਕਲ ਗਏ ਕਹਿੰਦੇ ਇਹ ਕੀ ਕਰੀ ਜਾਂਦਾ ਇਹ ਕੀ ਕਰੀ ਜਾਂਦਾ ਐਡੀ ਉੱਚੀ ਉੱਚੀ ਉਛਾਲੀ ਜਾਂਦੀ ਬੱਚਾ ਖਿੜਖਿੜਾ ਕੇ ਹੱਸੀ ਜਾਂਦਾ ਪਿਆਂਦੇ ਉੱਚੀ ਉੱਚੀ ਪਿਓ ਉਛਾਲਦਾ ਬੱਚਾ ਉੱਚੀ ਉੱਚੀ ਹੱਸੀ ਜਾਂਦਾ ਪੁੱਛਿਆ ਬੱਚੇ ਨੂੰ ਕਹਿੰਦੇ ਹੋਏ ਤੈਨੂੰ ਡਰ ਨਹੀਂ ਲੱਗਦਾ ਦੇਖਣ ਵਾਲਾ ਡਰ ਗਿਆ ਦੇਖਣ ਵਾਲਾ ਘਬਰਾ ਗਿਆ ਤੈਨੂੰ ਵੀ ਡਰ ਲੱਗਦਾ ਬੱਚਾ ਕਹਿਣ ਲੱਗਾ ਕਹਿੰਦਾ ਡਰਾਂ ਤਾਂ ਨਾ ਜੇ ਪਕੜਨ ਵਾਲੇ ਹੱਥ ਕਿਸੇ ਹੋਰ ਦੇ ਹੋਣਾ ਕਸਤ ਨਾ ਕਹਿੰਦਾ ਡਰਾਂ ਤਾਂ ਨਾ ਜੇ ਪਕੜਨ ਵਾਲੇ ਹੱਥ ਕਿਸੇ ਹੋਰ ਦੇ ਹੋਣ ਕਹਿੰਦੇ ਪਕੜਨ ਵਾਲੇ ਹੱਥ ਮੇਰੇ ਪਿਓ ਦੇ ਨੇ ਮੇਰਾ ਪਿਓ ਮੈਨੂੰ ਡਿੱਗਣ ਨਹੀਂ ਦੇਗਾ ਕਸਤ ਨਾ ਮੇਰਾ ਪਿਓ ਮੈਨੂੰ ਡਿੱਗਣ ਨਹੀਂ ਉਹ ਉੱਚੀ ਉੱਚੀ ਸੁੱਟਦਾ ਉੱਚੀ ਉੱਚੀ ਹੱਸਦਾ ਉੱਚੀ ਉੱਚੀ ਸੁੱਟਦਾ ਆਹ ਕੀਤਾ ਕਿਧਰੇ ਸਾਨੂੰ ਆ ਜੇ ਸੱਸ ਬਸ ਅਕੀਦੇ ਦੀ ਕਮੀ ਅਕੀਦੇ ਦੀ ਕਮੀ ਮੈਂ ਤਾਂ ਸਹੀ ਦਾਸ ਤਕਰੀਬਨ ਇਹ ਬੇਨਤੀ ਕਰਿਆ ਕਰਦਾ ਇਹ ਬੇਨਤੀ ਤੇਰੇ ਤੋਂ ਦੂਰ ਨਹੀਂ ਤੂੰ ਦੂਰੀ ਪਾ ਕੇ ਬੈਠਾ ਹੋਇਆ ਕਸਤ ਨਾ ਸਿਖਾ ਸਤਿਗੁਰ ਤੇਰੇ ਤੋਂ ਦੂਰ ਨਹੀਂ ਉਹ ਦੂਰੀਆਂ ਤਾਂ ਤੂੰ ਪਾ ਕੇ ਬੈਠਾ ਸਾਹਿਬ ਕਹਿੰਦੇ ਮੇਰੇ ਬੱਚਿਆ ਮੈਂ ਤਾਂ ਹੁਣ ਵੀ ਬਾਵਾਂ ਉਲਾਰ ਕੇ ਬੈਠਾ ਮੈਂ ਤਾਂ ਹੁਣ ਵੀ ਬਾਵਾਂ ਉਲਾਰ ਕੇ ਖੜਾ ਉਹ ਮੇਰੇ ਪੁੱਤਰਾ ਆ ਦੱਸ ਦੂਰੀ ਤੇਰੇ ਵੱਲ ਬਾਬਾ ਆਨੰਦ ਸਿੰਘ ਜੀ ਕਹਿੰਦੇ ਸਨ ਝੁਕਣ ਚ ਦੇਰ ਹੈ ਉਹਦੇ ਬਖਸ਼ਣ ਚ ਦੇਰ ਨਹੀਂ ਆ ਕੋ ਸਤਨਾ ਝੁਕਣ ਚ ਦੇਰ ਹੈ ਉਹਦੇ ਬਖਸ਼ਣ ਚ ਨਹੀਂ ਆ ਦੱਸ ਦੂਰੀਆਂ ਸਾਡੇ ਵੱਲੋਂ ਨੇ ਦੂਰੀਆਂ ਸਾਡੇ ਵੱਲੋਂ ਨੇ ਜਿਹੜੇ ਕੰਮ ਗੁਰੂ ਨੂੰ ਨਹੀਂ ਚੰਗੇ ਲੱਗਦੇ ਉਹ ਅਸੀਂ ਕਰਦੇ ਹਾਂ ਉਹ ਦੂਰੀਆਂ ਹੀ ਨੇ ਨਾ ਜੀ ਇੰਨਾ ਇੰਨਾ ਪਾਠ ਕਰ ਲਿਆ ਇੰਨੀ ਇੰਨੀ ਬਾਣੀ ਪੜ੍ਹ ਲਈ ਸਾਹਿਬ ਕਹਿੰਦੇ ਬੱਚਿਆ ਸ਼ਰਾਬ ਨਹੀਂ ਪੀਣੀ ਨਹੀਂ ਪੀ ਦੂਰੀਆਂ ਪਾ ਕੇ ਬੈਠੇ ਇੰਨਾ ਇੰਨਾ ਪਾਠ ਕਰ ਲਿਆ ਨੇਮ ਕਰ ਲਿਆ ਬਾਣੀ ਪੜ੍ਹੀ ਜਾਂਦੀ ਸਾਹਿਬ ਕਹਿੰਦੇ ਨੇ ਮੇਰੇ ਬੱਚਿਆ ਨਿਗਰਾਂ ਨਹੀਂ ਫਿਰਨਾ ਮੇਰਾ ਬਾਣ ਕਿਉਂ ਦੂਰੀਆਂ ਪਾ ਕੇ ਬੈਠਾ ਸਾਹਿਬ ਜੀ ਮੈਂ ਤੁਹਾਡਾ ਨਾਮ ਤਾਂ ਜਪ ਰਿਹਾ ਨਾ ਸਾਹਿਬ ਜੀ ਮੈਂ ਬਾਣੀ ਤਾਂ ਪੜ੍ਹ ਰਿਹਾ ਨਾ ਸਾਹਿਬ ਜੀ ਮੈਂ ਆਹ ਨੇਕ ਕੰਮ ਤਾਂ ਕਰ ਰਿਹਾ ਸਾਹਿਬ ਕਹਿੰਦੇ ਸਭ ਕੁਝ ਠੀਕ ਹੈ ਮੇਰੇ ਬੱਚਿਆ ਸਭ ਕੁਝ ਠੀਕ ਪਰ ਮੱਥੇ ਤੇ ਮੇਰੀ ਮੋਹਰ ਤਾਂ ਲਵਾ ਉਹ ਮੱਥੇ ਤੇ ਮੇਰੀ ਮੋਹਰ ਤਾਂ ਲਵਾ ਮੇਰੇ ਬੱਚਿਆ ਕੋਈ ਵੇਖ ਕੇ ਕਹਿ ਤਾਂ ਸਕੇ ਕਿ ਇਹ ਬਾਜਾਂ ਵਾਲੇ ਦਾ ਹੈ ਆਪੋ ਸਤਨਾਮ ਕੋਈ ਕਹਿ ਤਾਂ ਸਕੇ ਇਹ ਕਲਗੀਆਂ ਵਾਲੇ ਦਾ ਦੂਰੀਆਂ ਅਸੀਂ ਪਾ ਕੇ ਬੈਠੇ ਹਾਂ ਸਾਹਿਬ ਖੁੱਲੇ ਪੱਤਰ ਤੇ ਕਹਿੰਦੇ ਨੇ ਸਿਰ ਦੀ ਖੋਪੜੀ ਤੋਂ ਲੈ ਕੇ ਪੈਰ ਦੇ ਨੂੰ ਤੱਕ ਕੇਸ ਨਹੀਂ ਕਟਵਾਉਣੇ ਕਿਸੇ ਧਰਮ ਦੇ ਵਿੱਚ ਆਪਣੇ ਕਾਨੂੰਨ ਹੋਣਗੇ ਪਰ ਜਦੋਂ ਸਿੱਖੀ ਦੀ ਮੁੱਢ ਬੰਨੀ ਨਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖੀ ਦੀ ਮੁੱਢ ਉਹ ਮੁੱਢ ਦੇ ਵਿੱਚ ਹੀ ਸਾਧ ਸੰਗਤ
ਆ ਚੀਜ਼ ਪੱਕੀ ਕਰ ਦਿੱਤੀ ਕਿ ਸਿਰ ਦੀ ਖੋਪੜੀ ਤੋਂ ਲੈ ਕੇ ਪੈਰ ਦੇ ਨੂੰਹ ਤੋਂ ਰੋਮ ਨਹੀਂ ਕੱਟਿਆ। ਜਿੱਦਾਂ ਪ੍ਰਕਿਰਤੀ ਨੇ ਤੈਨੂੰ ਪੈਦਾ ਕੀਤਾ, ਜਿੱਦਾਂ ਰੱਬ ਨੇ ਤੈਨੂੰ ਪੈਦਾ ਕੀਤਾ, ਉਹਦੀ ਮੌਜ ਦੇ ਵਿੱਚ ਤੁਰਨਾ। ਅੱਜ ਜਿਵੇਂ ਬੱਚਾ ਪੈਦਾ ਹੁੰਦਾ ਉਹਨੂੰ ਵੱਡੇ ਹੋ ਲੈਣ ਦੇ, ਵੱਡੇ ਹੋ ਲੈਣ ਦੇ, ਉਹਦੀ ਅਮਾਨਤ ਚ ਖਿਆਨਤ ਨਾ ਪਾਓ। ਧਿਆਨ ਦੇਣਾ ਉਹਦੇ ਕੀਤੇ ਹੋਏ ਦੇ ਵਿੱਚ। ਸਤਸੰਗ ਆਪਾਂ ਦਖਲ ਅੰਦਾਜ਼ੀ ਜੇ ਨਾ ਕਰੀਏ, ਅੱਜ ਸਾਰੀ ਕੇਸਾਂ ਸਾਰੀ ਹੋਣ, ਆਖੋ ਸਤਨਾਮ, ਸਾਰੀ ਕੇਸਾਂ ਸਾਰੀ ਹੋਣ। ਸੱਚਾਈ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਮੁੱਢ ਬਣੇ। ਬਾਬਾ ਮਰਦਾਨਾ ਜੀ ਜਦੋਂ ਨਾਲ ਤੁਰਨ ਲੱਗੇ ਤੇ ਦੂਜਾ ਬਚਨ ਕੀਤਾ ਸੀ। ਪਹਿਲਾ ਬਚਨ ਸੀ ਅੰਮ੍ਰਿਤ ਵੇਲਾ ਨਹੀਂ ਛੱਡਣਾ ਕਦੇ, ਤਾਰਿਆਂ ਦੀ ਛਾਂ ਮਰਦਾਨਿਆਂ, ਇਹ ਸਮਾਂ ਨਿਰੰਕਾਰ ਦਾ ਹੈ, ਇਹ ਨੀਂਦ ਨੂੰ ਨਹੀਂ ਦੇਣਾ, ਇਹ ਨੀਂਦ ਨੂੰ ਨਹੀਂ ਦੇਣਾ, ਇਹ ਇਬਾਦਤ ਦਾ ਵੇਲਾ। ਤੇ ਦੂਜਾ ਬਚਨ ਦੱਸੋ ਜੀ ਕੀ ਕੀਤਾ? ਦੂਜਾ ਬਚਨ ਸੀ ਸਿਰ ਦੀ ਖੋਪੜੀ ਤੋਂ ਲੈ ਕੇ ਪੈਰ ਦੇ ਨੂੰਹ ਤੱਕ ਕਿਸ ਨਹੀਂ ਕੱਟਿਆ, ਉਹਨੂੰ ਬਾਜਾਂ ਵਾਲੇ ਨੇ ਕੰਪਲਸਰੀ ਕਰ ਰੈਪ ਦੇ ਵਿੱਚ ਪਾ ਦਿੱਤਾ। ਜੇ ਕੱਟੇਗਾ ਤੇ ਕੁਰੈਪ ਦੇ ਵਿੱਚ ਆ ਗਿਆ। ਹੁਣ ਸਾਹਿਬ ਕਹਿੰਦੇ ਮੇਰੀ ਇਹ ਬੱਚੀਏ, ਮੈਂ ਤਾਂ ਕਹੀ ਨਾ ਆ ਮੇਰੇ ਕੋਲ, ਦੂਰੀ ਤਾਂ ਤੂੰ ਪਾ ਕੇ ਬੈਠੀ ਹੈ, ਪਰ ਵੱਟੇ ਪੁੱਣ ਕੇ ਕੇਸਾਂ ਦੀ ਬੇਅਦਬੀ ਕਰਕੇ ਉਹ ਦੂਰੀ ਤਾਂ ਤੂੰ ਪਾ ਕੇ ਬੈਠੀ ਹੈ। ਸਾਹਿਬ ਤਾਂ ਅੱਜ ਵੀ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖਣਾ ਚਾਹੁੰਦੇ ਨੇ, ਅੱਜ ਵੀ ਸਨੇਹ ਤੇ ਪਿਆਰ ਦੇਣਾ ਚਾਹੁੰਦੇ ਨੇ ਪਿਤਾ ਵਾਲਾ, ਪਰ ਕੀ ਕਰੀਏ ਅੱਜ ਬੱਚੀ ਬਾਗੀ ਹੋ ਕੇ ਬੈਠੀ ਹੋਈ ਆ। ਕੋ ਸਤਨਾਮ, ਬੱਚੀ ਬਾਗੀ, ਬੱਚੀ ਬਾਗੀ ਹੋ ਕੇ ਬੈਠੀ ਹੋਈ। ਇਸ ਲਈ ਸਤਸੰਗ ਆ ਮਨ ਨੂੰ ਗਿਆਨ ਦਈਏ, ਮਨਾ ਮੇਰੇ ਆ ਆ ਹੁਣ ਜਿਵੇਂ ਆਪਾਂ ਕਹਿੰਦਾ ਹੁਣ ਲੋਟ ਆਓ ਘਰ, ਲੋਟ ਹਰੇਕ ਬੰਦਾ ਆਪਣੇ ਮਨ ਨੂੰ, ਆਪਣੇ ਮਨ ਨੂੰ ਜੇ ਗਿਆਨ ਦੇਣਾ ਸ਼ੁਰੂ ਕਰ ਦੇਵੇ ਨਾ ਆਪਣੇ ਮਨ, ਅਸੀਂ ਦੂਜਿਆਂ ਨੂੰ ਗਿਆਨ ਦੇਣ 'ਚ ਸ਼ੇਰ, ਦੂਜਿਆਂ ਨੂੰ ਸਮਝਾਉਣ 'ਚ ਸ਼ੇਰ ਹਾਂ। ਆਪਣੇ ਮਨ ਨੂੰ ਜਿਸ ਦਿਨ ਸਮਝਾਉਣਾ ਸ਼ੁਰੂ ਕਰ ਦਿੱਤਾ, ਹਰੇਕ ਜੀ ਆਪਣੇ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕਰ ਦੇਵੇ, ਆ ਘਰ ਲੋਟ, ਆ ਘਰ ਚੱਲੀਏ, ਆ ਪਿਤਾ ਦੀ ਗੋਦੀ ਦਾ ਪਿਆਰ ਮਾਣੀਏ, ਆ ਮਾਤਾ ਦੀ ਗੋਦੀ ਦਾ ਸਨੇਹ ਮਾਣੀਏ। ਸੱਚਾਈ ਜੇ ਫਿਰ ਕਿਰਪਾ ਵਰਤੇਗੀ। ਨਹੀਂ ਕੋਈ ਤੁਮ ਬਿਨ ਅਵਰ ਹਮਾਰਾ, ਨਹੀਂ ਕੋਈ ਤੁਮ ਬਿਨ ਅਵਰ ਹਮਾਰਾ, ਜੋ ਕਰ ਹੈ ਹਮਰੀ ਪ੍ਰਤਿਪਾਰਾ, ਜੋ ਕਰ ਹੈ ਹਮਰੀ ਪ੍ਰਤਿਪਾਰਾ, ਨਹੀਂ ਕੋਈ ਤੁਮ ਬਿਨ ਅਵਰ ਹਮਾਰਾ, ਨਹੀਂ ਕੋਈ ਤੁਮ ਬਿਨ ਅਵਰ ਹਮਾਰਾ, ਜੋ ਕਰ ਹੈ ਹਮਰੀ ਪ੍ਰਤਿਪਾਰਾ, ਜੋ ਕਰ ਹੈ ਹਮਰੀ ਪ੍ਰਤਿਪਾਰਾ, ਜੋ ਕਰ ਹੈ ਹਮਰੀ ਪ੍ਰਤਿਪਾਰਾ, ਜੋ ਕਰ ਹੈ ਸਤਿਗੁਰ ਰਖਵਾਲਾ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹੰਬਾਰਕ ਦੀ ਕਰਹੁ ਪ੍ਰਤਪਾਲਾ, ਹੰਬਾਰਕ ਦੀ ਕਰਹੁ ਪ੍ਰਤਪਾਲਾ, ਹੰਬਾਰਕ ਦੀ ਕਰਹੁ ਪ੍ਰਤਪਾਲਾ, ਹੰ
ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਾਸੇ ਸਤਿਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਵਾਹੇ ਗੁਰੂ ਸਮਾਲੇ ਨਿਤ
ਬੱਚਿਆਂ ਦੀ ਸਾਰ ਗੁਰੂ ਪਿਤਾ ਜੀ ਲੈਂਦੇ। ਪਿਤਾ ਗੁਰੂ ਨੂੰ ਫਿਕਰ ਫਿਕਰ ਅੱਜ ਜੁੜ ਬੈਠੇ ਹਨ ਇਸ ਦਰਬਾਰ ਦੇ ਵਿੱਚੋਂ। ਸਤਿਗੁਰ ਜੀ ਕਿਰਪਾ ਕਰ ਦੇਣ ਇਸ ਦਰਬਾਰ ਦੇ ਵਿੱਚੋਂ ਸਾਨੂੰ ਅਕੀਦੇ ਦੀ ਦਾਤ ਮਿਲ ਜਾਵੇ। ਆਪਾਂ ਸਤਨਾਮ ਸੁਣਿਓ ਸਰਸੇ ਨਗਰ ਬਾਜਾਂ ਵਾਲੇ ਘੋੜਾ ਦੌੜਾਉਂਦੇ ਹੋਏ ਪਹੁੰਚੇ ਨਾਲ ਸਿੰਘ ਸੂਰਮੇ ਨਾਲ ਜਿਗਰ ਆਇਆ ਸਰਸੇ ਨਗਰ। ਸਿੰਘ ਹੈਰਾਨ ਨੇ ਬਈ ਸਿੰਘ ਹੈਰਾਨ ਨੇ ਵੀ ਸਤਿਗੁਰ ਬਿਨਾਂ ਪੜਾਅ ਕੀਤੇ ਤੁਰੇ ਜਾ ਰਿਹਾ, ਐਸੀ ਕਿਹੜੀ ਗੱਲ ਹੋ ਗਈ। ਜਦੋਂ ਉੱਥੇ ਪਹੁੰਚੇ ਨੇ ਸਰਸੇ ਨਗਰ, ਭਾਈ ਜੋਧ ਸਿੰਘ ਉਹਨੂੰ ਪਤਾ ਲੱਗਾ ਬਾਜਾਂ ਵਾਲੇ ਆ ਰਹੇ, ਨਗਰ ਦੇ ਬਾਹਰ ਹੀ ਆ ਗਏ। ਉਸ ਨਗਰ ਦੇ ਵਿੱਚ ਕੇਵਲ ਸਤਸੰਗ ਤਿੰਨ ਘਰ ਸੀਗੇ ਸਿੱਖਾਂ ਦੇ, ਸਿੱਖਾਂ ਦੇ ਤਿੰਨ ਘਰ ਬਸ। ਭਾਈ ਜੋਧ ਉਹ ਅੱਗੇ ਆ ਕੇ ਖੜਾ ਹੋ ਗਿਆ ਬਾਜਾਂ ਵਾਲੇ ਦੇ ਦਰਸ਼ਨ। ਬੜੀ ਕਿਰਪਾ ਕੀਤੀ ਅੱਜ ਬਾਜਾਂ ਵਾਲੇ ਇੱਧਰ। ਜਦੋਂ ਸਾਹਿਬ ਪਹੁੰਚੇ ਨਮਸਕਾਰ ਕੀਤੀ ਸਾਹਿਬਾਂ ਦੇ ਚਰਨਾਂ ਦੇ, ਸਾਹਿਬ ਨੇ ਪਹੁੰਚਦਿਆਂ ਸਾਰ ਕੁਛ ਨਹੀਂ ਪੁੱਛਿਆ, ਸਿੱਧਾ ਇੱਕੋ ਗੱਲ ਪੁੱਛੀ ਸਾਧ ਸੰਗਤ ਕਿ ਪਿਆਰਿਆ ਭਾਈ ਗੁਲਾਬ ਸਿੰਘ ਕਿੱਥੇ ਹੈ? ਆਖੋ ਸਤਨਾਮ ਭਾਈ ਗੁਲਾਬ ਸਿੰਘ ਕਿੱਥੇ? ਜਦੋਂ ਇੰਨੀ ਗੱਲ ਪੁੱਛੀ ਨਾ ਸਾਹਿਬਾਂ ਨੇ ਭਾਈ ਗੁਲਾਬ ਸਿੰਘ ਕਿੱਥੇ, ਉਹਦੀਆਂ ਅੱਖਾਂ ਭਰ ਗਈਆਂ, ਭਾਈ ਜੋਧ ਦੀ ਸਰੀਰ ਕੰਬ ਗਿਆ। ਸਾਹਿਬਾ ਭਾਈ ਗੁਲਾਬ ਸਿੰਘ? ਹਾਂ ਬਾਈ, ਆ ਭਾਈ ਗੁਲਾਬ ਸਿੰਘ ਦੀਆਂ ਖਿੱਚਾਂ ਸਾਨੂੰ ਇੱਥੇ ਲੈ ਆਈਆਂ। ਤਿੰਨ ਘਰ ਖਾਲੀ ਉਸ ਨਗਰ ਦੇ, ਤਿੰਨ ਘਰ। ਕਹਿੰਦੇ ਗੁਲਾਬ ਸਿੰਘ ਦੀਆਂ ਖਿੱਚਾਂ ਸਾਨੂੰ ਇੱਥੇ ਨਗਰ 'ਚ ਲੈ ਕੇ ਆਈਆਂ, ਦੱਸ ਕਿੱਥੇ? ਨੇਤਰ ਭਿੱਜ ਗਏ ਭਾਈ ਜੋਧ ਜੀ ਦੇ, ਛਲਕ ਲਏ। ਸਾਹਿਬ ਕਹਿੰਦੇ ਕੀ ਹੋਇਆ? ਕਹਿੰਦੇ ਸਾਹਿਬ ਬੜਾ ਮਾੜਾ ਹੋਇਆ, ਬੜਾ ਮਾੜਾ ਹੋਇਆ। ਕਹਿੰਦੇ ਕੀ ਹੋਇਆ? ਕਹਿੰਦੇ ਗੁਲਾਬ ਸਿੰਘ ਜੀ ਦੀ ਬੱਚੀ ਜਵਾਨ ਤੇ ਇੱਥੇ ਦਾ ਜਿਹੜਾ ਹਾਕਮ ਹੈ ਉਹਦੀ ਨਿਗਾਹ ਪੈ ਗਈ ਗੁਲਾਬ ਸਿੰਘ ਜੀ ਦੀ ਬੱਚੀ ਦੇ ਉੱਪਰ। ਧਿਆਨ ਦਿਓ, ਇੱਥੇ ਦੇ ਹਾਕਮ ਦੀ ਨਿਗਾਹ ਪੈ ਗਈ ਗੁਲਾਬ ਸਿੰਘ ਜੀ ਦੀ ਬੱਚੀ ਦੇ ਉੱਪਰ ਤੇ ਉਹਨੇ ਫਰਮਾਨ ਭੇਜ ਦਿੱਤਾ ਕਿ ਬੱਚੀ ਨੂੰ ਮੇਰੇ ਅੱਗੇ ਪੇਸ਼ ਕਰੋ। ਧਿਆਨ ਦਿਓ, ਬੱਚੀ ਨੂੰ ਮੇਰੇ ਅੱਗੇ ਪੇਸ਼ ਕਰੋ। ਕਹਿੰਦੇ ਪਾਤਸ਼ਾਹ ਅਸੀਂ ਜਿਵੇਂ ਕਿਵੇਂ ਕਰਕੇ ਬੱਚੀ ਨੂੰ ਲੁਕੋਇਆ ਤੇ ਜਦੋਂ ਬੱਚੀ ਉਹਨਾਂ ਦੇ ਹੱਥ ਨਾ ਆਈ ਤੇ ਕਹਿੰਦੇ ਸਾਹਿਬਾ ਉਹਨਾਂ ਨੇ ਗੁਲਾਬ ਸਿੰਘ ਜੀ ਨੂੰ ਬੰਦੀ ਬਣਾ ਲਿਆ, ਬੰਦੀ ਬਣਾ ਕੇ ਤਸੀਹੇ ਰੋਜ਼ ਦਿੰਦੇ ਤੇ ਸਾਡੇ ਅੱਗੇ ਇੱਕ ਸ਼ਰਤ ਰੱਖੀ ਹੈ, ਉਹ ਕੁੜੀ ਦੇ ਜਾਓ ਗੁਲਾਬ ਸਿੰਘ ਲੈ ਜਾਓ। ਆਖੋ ਸਤਨਾਮ, ਕੁੜੀ ਦੇ ਜਾਓ ਗੁਲਾਬ ਸਿੰਘ ਲੈ ਜਾਓ। ਕਹਿੰਦਾ ਸਾਹਿਬਾ ਅੱਤ ਕਰਤੀ ਉਸ ਜਲਮ ਨੇ, ਹੁਣ ਤਿੰਨ ਕਾਰਨ ਕਰੀਏ। ਜਦੋਂ ਸਾਹਿਬ ਨੇ ਇੰਨੀ ਗੱਲ ਸੁਣੀ ਰੋਮ ਦੇ ਵਿੱਚ ਆਏ, ਸ਼੍ਰੀ ਸਾਹਿਬ ਦੇ ਹੱਥ ਗਿਆ ਮਿਆਨ ਦੇ ਵਿੱਚੋਂ, ਸ਼੍ਰੀ ਸਾਹਿਬ ਬਾਹਰ ਕੱਢ ਲਿਆ, ਅੱਖਾਂ ਲਾਲ ਬਾਜਾਂ ਵਾਲੇ। ਕਹਿੰਦੇ ਉਹ ਜਲਮ ਦੀ ਕੀਤੀ ਹਿੰਮਤ ਉਹਨੇ ਕੀ ਸੋਚੀ, ਗੁਲਾਬ ਸਿੰਘ ਦੇ ਉੱਪਰ ਕਿਸੇ ਦਾ ਹੱਥ ਨਹੀਂ, ਗੁਲਾਬ ਸਿੰਘ ਦੇ ਉੱਪਰ ਕਿਸੇ ਦਾ ਹੱਥ ਨਹੀਂ। ਕਹਿੰਦੇ ਗੁਲਾਬ ਸਿੰਘ ਦਾ ਪਿਓ ਜਿੰਦਾ ਹੈ, ਆਖੋ ਸਤਨਾਮ। ਸਤਿ ਸ੍ਰੀ ਅਕਾਲ,
गुलाब सिंह का प्यो जिंदा है। किंतु किवें उन्होंने सोच लिया भाई जो भाई सच का यह है आ खिचा भाई गुलाब सिंह दियां आ खिचा भाई गुलाब सिंह ते भाई गुलाब सिंह बंदी खाने दे विच तसीहे उहदे ते हो रहे ने ते पता की कहिंदा सी नहीं कोई तुम बिन अवर हमारा नहीं कोई तुम बिन अवर हमारा जो कर है हमरी प्रतिभा जो कर है ਬਾਜਾਂ ਵਾਲੇ ਨੂੰ ਫੌਜਾਂ ਸਮੇਤ ਪਹੁੰਚਣਾ ਪਿਆ ਤੇ ਔਂ ਹੱਥ ਮਾਰ ਕੇ ਕਹਿੰਦੇ ਹਲੇ ਗੁਲਾਬ ਸਿੰਘ ਦਾ ਪਿਓ ਜਿੰਦਾ ਹੈ ਉਹ ਕੀ ਸੋਚਦੇ ਕਿ ਇਹਦਾ ਕੋਈ ਨਹੀਂ ਸੰਗਤੇ ਉਹ ਗੁਲਾਬ ਸਿੰਘ ਵਾਲੀ ਭਾਵਨਾ ਅਸੀਂ ਬੇਨਤੀ ਰੂਪ ਚ ਕਰੀਏ ਹੁਣ ਕਈ ਕਹਿੰਦੇ ਹੋਣਗੇ ਕਹਿੰਦੇ ਜੀ ਬੜੀਆਂ ਬੇਨਤੀਆਂ ਲਾਉਂਦੇ ਆ ਬੜੀਆਂ ਬੇਨਤੀਆਂ ਲਾਉਂਦੇ ਨਹੀਂ ਸੁਣੀ ਜਾਂਦੀ ਨਹੀਂ ਸੁਣੀ ਜਾਂਦੀ ਕੀ ਕਰੀਏ ਦੱਸ ਕਈ ਵਾਰੀ ਹੁੰਦਾ ਨੀ ਕੋਈ ਕੰਮ ਅੜਿਆ ਹੁੰਦਾ ਕੋਈ ਕਿਵੇਂ ਤੇ ਪਿਓ ਅੱਗੇ ਹੀ ਕਹਿਣਾ ਪਿਓ ਨੂੰ ਹੀ ਕਹਿਣਾ ਬੜੀਆਂ ਬੇਨਤੀਆਂ ਲਾਈਆਂ ਨਹੀਂ ਗੱਲ ਬਣੀ ਨਹੀਂ ਸੁਣੀ ਗਈ ਹੁਣ ਕੀਰਤਨ ਕਰਦੇ ਇੱਕਦਮ ਮੇਰੇ ਮਨ ਚ ਆਇਆ ਜੇ ਸਾਡੀ ਕਮਾਈ ਨਹੀਂ ਕਿ ਪਿਓ ਤੱਕ ਸਿੱਧੀ ਗੱਲ ਸੁਣੀ ਜਾਵੇ ਧਿਆਨ ਦਿਆਂ ਬੜੇ ਧਿਆਨ ਨਾਲ ਸੁਣਿਓ ਜੇ ਸਾਡੀ ਐਡੀ ਕਮਾਈ ਨਹੀਂ ਕਿ ਸਿੱਧਾ ਪਿਓ ਤੱਕ ਗੱਲ ਪਹੁੰਚ ਜਾਵੇ ਤੇ ਸਾਧ ਸੰਗਤ ਵਿੱਚ ਮਾਤਾ ਨੂੰ ਬਾਲੋ ਭਗੋ ਸਤਨਾਮ ਮਾਤਾ ਨੂੰ ਬਾਲੋ ਆ ਹੁਣੇ ਮੇਰੇ ਮਨ ਚ ਇੱਕ ਗੱਲ ਅਸੀਂ ਕੀਰਤਨਾਂ ਦੇ ਵਿੱਚ ਬਾਜਾਂ ਵਾਲੇ ਦੀ ਮਹਿਮਾ ਕਰਦੇ ਧੰਨ ਕਲਗੀਧਰ ਮਹਾਰਾਜ ਧੰਨ ਬਾਜਾਂ ਵਾਲੇ ਮਹਾਰਾਜ ਗੁਰੂ ਗੋਬਿੰਦ ਸਿੰਘ ਕਦੇ ਜਗਤ ਮਾਤਾ ਨੂੰ ਸਾਡੀ ਮਾਤਾ ਨੂੰ ਖਾਲਸਾ ਪੰਥ ਦੀ ਮਾਤਾ ਨੂੰ ਅਸੀਂ ਯਾਦ ਕੀਤਾ ਮੇਰੀ ਤੁਹਾਡੀ ਸਾਰਿਆਂ ਦੀ ਮਾਤਾ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਕਿਹਾ ਜਾਂਦਾ ਅੱਜ ਤੋਂ ਬਾਅਦ ਤੇਰੇ ਪਿਤਾ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਨਾਲ ਕੀ ਕਹਿ ਦਿੰਦਾ ਅੱਜ ਤੋਂ ਬਾਅਦ ਤੁਹਾਡੀ ਮਾਤਾ ਦਾ ਨਾਮ
ਮਾਤਾ ਸਾਹਿਬ ਕੌਰ ਜੀ ਆਖੋ ਸਤਨਾਮ। ਸ਼ਹਿਰ ਤੁਹਾਡਾ ਆਨੰਦਪੁਰ, ਆਨੰਦਪੁਰ ਦੇ ਵਾਸੀ, ਹੁਣ ਨਹੀਂ ਐਡੀ ਕਮਾਈ, ਨਹੀਂ ਐਡੀ ਕਮਾਈ ਤੇ ਮਾਤਾ ਨੂੰ ਵਿੱਚ ਪਾ ਲੈਂਦੇ। ਕਈ ਵਾਰੀ ਨਾ ਬੱਚਾ ਪਿਓ ਦੇ ਨਾਲ ਅੜ ਜਾਂਦਾ, ਨਹੀਂ ਮੈਨੂੰ ਇਹ ਚੀਜ਼ ਦੇ, ਪਿਓ ਕਹਿੰਦਾ ਨਹੀਂ ਦੇਣੀ, ਪਿਓ ਵੀ ਅੜ ਜਾਂਦਾ ਨਹੀਂ ਦੇਣੀ, ਤੇ ਫਿਰ ਬੱਚਾ ਕੀ ਕਰਦਾ, ਮਾਂ ਨੂੰ ਵਿੱਚ ਪਾ ਲੈਂਦਾ। ਆਹੋ ਸਤਨਾਮ ਕਿ ਮੰਮਾ ਤੁਸੀਂ ਕਹੋ ਨਾ, ਮੰਮਾ ਤੁਸੀਂ ਕਹੋ ਨਾ ਬਾਬਾ ਨੂੰ, ਆਹ ਮੇਰਾ ਕੰਮ ਕਰ ਦੇਣ, ਅੜ ਕੇ ਬੈਠੇ ਨੇ, ਨਹੀਂ ਕਰ, ਨਹੀਂ ਲੈ ਕੇ ਦੇ, ਮੰਮਾ ਤੁਸੀਂ ਕਹੋ ਨਾ। ਹੁਣ ਮਾਂ ਨੂੰ ਪਤਾ ਹੁੰਦਾ ਪਿਓ ਦੇ ਸੁਭਾਅ ਦਾ, ਮਾਂ ਨੂੰ ਪਤਾ ਕਿ ਪਿਓ ਨੂੰ ਕਿਵੇਂ ਰਿਜਾਣਾ, ਕਦੋਂ ਰਿਜਾਣਾ। ਆਖੋ ਸਤਨਾਮ, ਕਿਵੇਂ ਕਿਵੇਂ ਪਿਓ ਨੇ ਮੰਨਣੀ ਹੈ। ਮਾਂ ਨੂੰ ਇਕੱਲੀ ਇਕੱਲੀ ਚੀਜ਼ ਪਤਾ ਹੁੰਦਾ, ਅਰਧਾਂਗਣੀ, ਤੇ ਮਾਂ ਫਿਰ ਆਪਣੇ ਢੰਗ ਦੇ ਨਾਲ, ਆਪਣੇ ਤਰੀਕੇ ਦੇ ਨਾਲ, ਉਹ ਫਿਰ ਪਿਓ ਦੇ ਅੱਗੇ ਬੱਚੇ ਦੀ ਫਰਿਆਦ ਕਰਦੀ ਹੈ, ਚੱਲ ਕੋਈ ਨਹੀਂ, ਕਹਿੰਦਾ ਪਿਆ ਹੁਣ ਮੰਨ ਲਓ ਤੁਸੀਂ ਵੀ ਜਿੱਦੇ ਅੜ ਜਾਂਦੇ। ਹੋਰ ਪਿਓ ਕਹਿੰਦਾ ਨਹੀਂ ਹਲੇ ਇੱਦਾਂ ਨਹੀਂ, ਚਲੋ ਕੋਈ ਨਹੀਂ ਕਰ ਦਿਓ, ਚਲੋ ਮੇਰੇ ਖਾਤਰ ਹੀ ਕਰ ਦਿਓ, ਕਰ ਦਿਓ ਕੋਈ ਨਹੀਂ ਕਰ ਦਿਓ। ਉਹ ਪਿਓ ਅਗਰ ਨਹੀਂ ਵੀ ਮੰਨ ਹੁੰਦਾ ਨਾ, ਮਾਂ ਵਿੱਚ ਪੈ ਗਈ, ਮਾਂ ਦੀ ਗਵਾਹੀ ਪੈ ਗਈ ਸਾਤ ਸੰਗਤ, ਪਿਓ ਕਹਿੰਦਾ ਚੱਲ ਕੋਈ ਨੀ ਲੈ ਦਿੰਦੇ। ਆਖੋ ਸਤਨਾਮ, ਆ ਕੀਰਤਨ ਕਰਦੇ ਕਰਦੇ ਮੇਰਾ ਮਨ ਆ ਗਿਆ, ਗੁਲਾਬ ਸਿੰਘ ਜੀ ਦੀ ਕਮਾਈ ਸੀ ਫਰਿਆਦ ਪਹੁੰਚ ਗਈ। ਉਹ ਕਈ ਵਾਰੀ ਜੇ ਸਾਡੀ ਕਮਾਈ ਨਾ ਹੋਵੇ ਹੁਣ ਕੀ ਕਰਾਂਗੇ, ਹੁਣ ਆਪਾਂ ਫਰਿਆਦ ਕਰੀਏ, ਮਾਤਾ ਜੀ ਮਾਤਾ ਜੀ ਮਾਤਾ ਜੀ ਮਾਤਾ ਜੀ ਮਾਤਾ ਜੀ ਹਮੇ ਪ੍ਰਤਪਾਰਾ।